ਜਿਹੜੇ ਕੱਲ ਕਹਿੰਦੇ ਸੀ ਪਤਾ ਲੈਣ ਲਾਏ ਜੀ ਸੱਚ ਕੇ ਆਓ ਮਗਰ ਗੱਲਾਂ ਖੋਖਲੀਆਂ ਪੰਜਾਬੀਆਂ ਨਾਲ ਨਾ ਕਰਿਆ ਕਰੋ ਉਹ ਵੀ ਮੇਰਾ ਸਤਿਕਾਰ ਲੋਕ ਆਪੂ ਹੀ ਆ ਅੰਕਲ ਹੀ ਆ ਉਹ ਕਹਿੰਦਾ ਜੀ ਮੇਰਾ ਪਤਾ ਕੋਈ ਨੀ ਲੈਣਾ ਹੈ ਪਤਾ ਤਾਂ ਲੈਣ ਤਾਂ ਆਈਏ ਜੇ ਆਪ ਫੋਟਾ ਕੋ ਪਤਾ ਹੋਵੇ ਕਿਤਨਾ ਕਿੱਥੇ ਹੈ ਔਰ ਜਿਹਨੇ ਅਰਦਾਸ ਕੀਤੀ ਅਕਾਲ ਤਖ਼ਤ ਸਾਹਿਬ ਕਿ ਮੇਰੇ ਮੰਦੇ ਕਰੀ ਮੈਂ ਸਤਿਕਾਰ ਲੋਕ ਅੰਕਲ ਨਹੀਂ ਕੀਤੀ ਕਿ ਆਪਾਂ ਇਕੱਠੇ ਰਹਿਣਾ ਉਹ ਦੋਵੇਂ ਬਾਪੂ ਉਡੀਕਦੇ ਰਹਿੰਦੇ ਆ ਅਰਦਾਸ ਕਰਦਾ ਵਾ ਦਾਸੀ ਜੀ ਕਿਉਂ ਕਰ ਨਾ ਕਹਿੰਦਾ ਕਹਿੰਦਾ ਮੇਰਾ ਪਤਾ ਨਹੀਂ ਲਾ ਉਹ ਕਹਿੰਦਾ ਕੀ ਪਤਾ ਨਹੀਂ ਹੈ ਕਿ ਜਗਨੈਬ ਸਿੰਘ ਦੀ ਡੈਥ ਜਦ ਹੋਈ ਉੱਥੇ ਕੇਜਰੀਵਾਲ ਨੂੰ ਜਿੰਨੀਆਂ ਲਾਲਤਾਂ ਲੋਕਾਂ ਨੇ ਪਾਈਆਂ ਕਿ ਦਿੱਲੀਓ ਚੱਕ ਕੇ ਤੂੰ ਇਹਨੂੰ ਭੇਜਦਾ ਸੀ ਲੰਬੀ ਮਾਨਸਾ ਦੇ ਖਿਲਾਫ ਭਾਵੇਂ ਪੰਜ ਬਣਾ ਛੱਡਿਆ ਉਹਨਾਂ ਨੇ ਦਾਵੇ ਦਾ ਝੰਡੇ ਨੂੰ ਵੀ ਬਣਾ ਤਾ ਜਿਹੜਾ ਤੁਹਾਡੇ ਖਿਲਾਫ ਲੜਿਆ ਸੀਗਾ ਮੇਰੇ ਖਿਲਾਫ ਲੜਿਆ ਇੱਕ ਮੁੱਕੂ ਪੋਸ਼ਾ ਦਾ ਉਹਨੂੰ ਵੀ ਬਣਾ ਛੱਡਿਆ ਕਿਤੇ ਹੋਰ ਬਣਾ ਛੱਡਿਆ ਜਿਹਨੇ ਨਹੀਂ ਬਣੇ ਸੀ ਦੋ ਖਿਲਾਫ ਬਣ ਕੇ ਮੈਂ ਕਿਸੇ ਵੱਡੇ ਲੀਡਰ ਦਾ ਨਾਂ ਤੱਕ ਨਹੀਂ ਲੈਣਾ ਲਾਉ ਲਹਿ ਨਾਲ ਫਾਇਦਾ ਕੋਈ ਨਹੀਂ ਮਗਰ ਕੱਲ ਪਰਸੋਂ ਵੀ ਇੱਕ ਖਬਰ ਲੱਗੀ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਆਇਆ ਤੇ ਜਿਹੜੇ ਲੀਡਰ ਸਾਹਿਬ ਨੂੰ ਜੋੜ ਕੇ ਗਏ ਆ ਉਹ ਵੀ ਸਤਿਕਾਰਯੋਗ ਨੇ ਮਗਰ ਗੱਲ ਕੀ ਕੀਤੀ ਕਹਿੰਦਾ ਜੀ ਮੇਰਾ ਪਤਾ ਲੈਣ ਆਏ ਦਿੱਲੀ ਚ ਹਜ਼ਾਰਾਂ ਦੀ ਮੌਤ ਹੋ ਗਈ ਆ ਕੋਵਿਡ ਚ ਕੰਨਾਂ ਨੂੰ ਆਕਸੀਜਨ ਨਹੀਂ ਮਿਲਿਆ ਕੀ ਕੁਛ ਨਹੀਂ ਮਿਲਿਆ ਕਿਤੇ ਉਹਨਾਂ ਦਾ ਵੀ ਪਤਾ ਲੈ ਲੈਂਦੇ ਜਗਨੈਬ ਸਿੰਘ ਜਿਹਨੂੰ ਐਕਸ ਐਮ ਐਲ ਏ ਜਿਹੜਾ ਐਮ ਐਲ ਏ ਸੀ ਦਿੱਲੀ ਵਿਧਾਨ ਸਭਾ ਚ ਉਹਨੂੰ ਲੰਬੀ ਹਲਕੇ ਤੋਂ ਇਲੈਕਸ਼ਨ ਲੜਾਈ ਲੰਬੀ ਇਲੈਕਸ਼ਨ ਲੜਾ ਕੇ ਇਹ ਗੱਲ ਆਖੀ ਕਿ ਜਰਨੈਲ ਸਿੰਘ ਸਾਡਾ ਮੁੱਖ ਮੰਤਰੀ ਦਾ ਦਾਅਵੇਦਾਰ ਹੋਊਗਾ ਭਾਵੇਂ ਪੰਜ ਬਣਾ ਛੱਡੇ ਉਹਨਾਂ ਨੇ ਦਾਅਵੇਦਾਰ ਝੰਡੇ ਨੂੰ ਵੀ ਬਣਾ ਤਾ ਜਿਹੜਾ ਤੁਹਾਡੇ ਖਿਲਾਫ ਲੜਿਆ ਸੀਗਾ ਮੇਰੇ ਖਿਲਾਫ ਲੜਿਆ ਇੱਕ ਬੱਬੂ ਪੋਸ਼ਾ ਦਾ ਉਹਨੂੰ ਵੀ ਬਣਾ ਛੱਡਿਆ ਇੱਕ ਦੋ ਹੋਰ ਬਣਾ ਛੱਡਿਆ ਜਿਹਨੇ ਨਹੀਂ ਬਣੇ ਸੀ ਦੋ ਤਿੰਨ ਆਪ ਬਣ ਗਏ ਮੁੜ ਕੇ ਹਾਲ ਵੇਖੋ ਕੀ ਹੋਇਆ ਕਿ ਜਰਨੈਲ ਸਿੰਘ ਦੀ ਡੈਥ ਜਦ ਹੋਈ ਉੱਥੇ ਕੇਜਰੀਵਾਲ ਨੂੰ ਜਿੰਨੀਆਂ ਲਾਲਤਾਂ ਲੋਕਾਂ ਨੇ ਪਾਈਆਂ ਕਿ ਦਿੱਲੀਓ ਚੱਕ ਕੇ ਤੂੰ ਇਹਨੂੰ ਭੇਜਦਾ ਸੀ ਲੰਬੀ ਮਾਨਸਾ ਦੇ ਖਿਲਾਫ ਔਰ ਮੁੜ ਕੇ ਜਿਸ ਤਰੀਕੇ ਨਾਲ ਉਹਨੂੰ ਜਲੀਲ ਕੀਤਾ ਇਹ ਹਾਲਾਤ ਕਰਤੇ ਕਿ ਕੋਰੋਨਾ ਨਾਲ ਜਦੋਂ ਪੀੜਤ ਸੀ ਉਹਨੂੰ ਬਿਸਤਰਾ ਮੰਜਾ ਤੱਕ ਨਹੀਂ ਮਿਲਿਆ ਹਸਪਤਾਲ ਚ ਤੇ ਇਹ ਲੋਕ ਜਿਹੜੇ ਕੱਲ ਕਹਿੰਦੇ ਸੀ ਪਤਾ ਲੈਣ ਆਏ ਜੀ ਸੱਚ ਕੇ ਆਓ ਮਗਰ ਗੱਲਾਂ ਖੋਖਲੀਆਂ ਪੰਜਾਬੀਆਂ ਨਾਲ ਨਾ ਕਰਿਆ ਕਰੋ ਇਹ ਤਾਂ ਉਹ ਗੱਲ ਸਮਝ ਆਉਂਦੇ ਜਿਹੜੀ ਕਿਸੇ ਦੇ ਨਾਲ ਸਮਝ ਲੱਗੇ ਗੱਲ ਜਿਹੜੀ ਮਰਜ਼ੀ ਕਰੋ ਮਗਰ ਝੂਠ ਬੋਲੇ ਦਾ ਫਾਇਦਾ ਕੋਈ ਨਹੀਂ ਔਰ ਉਹ ਵੀ ਮੇਰਾ ਸਤਿਕਾਰਯੋਗ ਆਪੂ ਹੀ ਆ ਅੰਕਲ ਹੀ ਆ ਉਹ ਕਹਿੰਦਾ ਜੀ ਮੇਰਾ ਪਤਾ ਕੋਈ ਨਹੀਂ ਲੈਣਾ ਹੈ ਪਤਾ ਤਾਂ ਲੈਣ ਤਾਂ ਆਈਏ ਜੇ ਆਪ ਤੁਹਾਡਾ ਕੋਈ ਪਤਾ ਹੋਵੇ ਟਿਕਣਾ ਕਿੱਥੇ ਬ੍ਰਹਮਪੁਰਾ ਸਾਹਿਬ ਵੀ ਨਹੀਂ ਲੈਣਗੇ ਬ੍ਰਹਮਪੁਰਾ ਸਾਹਿਬ ਨੂੰ ਸਤਿਕਾਰਯੋਗ ਨੇ ਬਹੁਤ ਉਹਨਾਂ ਨੇ ਪਾਰਟੀ ਪ੍ਰਤੀ ਚਲੋ ਉਹਨਾਂ ਨੂੰ ਵੀ ਜੇ ਕੋਈ ਪੁੱਛ ਲੈਵੇ ਨਾ ਹੌਲੀ ਤੇ ਵੀ ਹਰਿੰਦਰ ਤੂੰ ਹੀ ਪੁੱਛ ਲਈ ਅਜੀਤ ਵਾਲੇ ਪੁੱਛ ਲੈਂਦੇ ਹੁੰਦੇ ਬਾਕੀ ਨਾ ਗੁੱਸਾ ਕਰਨ ਭਾਵੇਂ ਤੁਸੀਂ ਪੁੱਛ ਲਿਓ ਕਿ ਤੁਹਾਨੂੰ ਖਰਾਬ ਕਿਹਨੇ ਸਭ ਤੋਂ ਵੱਧ ਕੀਤਾ ਤੇ ਇਹਦਾ ਹੀ ਨਾਂ ਲੈਂਦੇ ਜਿਹੜਾ ਕੱਲ ਗਿਆ ਤੇ ਢੀਂਡਸਾ ਸਾਹਿਬ ਵੇਖੋ ਜਦੋਂ ਪਹਿਲਾਂ ਕਿਹੜਾ ਅਕਾਲੀ ਦਲ ਬਣਿਆ ਸੀਗਾ ਇਹਨਾਂ ਨੇ ਬਣਾਇਆ ਸੀ ਜੀ ਟਕਸਾਲੀ ਜਦੋਂ ਸੰਯੁਕਤ ਬਣਿਆ ਬ੍ਰਹਮਪੁਰਾ ਸਾਹਿਬ ਦਾ ਉੱਥੇ ਖਲੋਤੇ ਦੇ ਖਲੋਤੇ ਰਹਿ ਗਏ ਉਹ ਸੰਯੁਕਤ ਤੇ ਵੀ ਪਹੁੰਚ ਗਿਆ ਔਰ ਜਿਹਨੇ ਅਰਦਾਸ ਕੀਤੀ ਅਕਾਲ ਤਖ਼ਤ ਸਾਹਿਬ ਇਹ ਮੇਰੇ ਵੱਡੇ ਵੀਰ ਨੇ ਸਤਿਕਾਰਯੋਗ ਅੰਕਲ ਨਹੀਂ ਕੀਤੀ ਕਿ ਆਪਾਂ ਇਕੱਠੇ ਰਹਿਣਾ ਉਹ ਦੋਵੇਂ ਬਾਪੂ ਉਡੀਕਦੇ ਰਹਿੰਦੇ ਆ ਤੇ ਅਰਦਾਸ ਕਰਨ ਵਾਲਾ ਅਰਦਾਸੀ ਸਿੰਘ ਹੀ ਹੁਣ ਲੰਘ ਗਿਆ ਤੇ ਕਹਿੰਦਾ ਮੇਰਾ ਪਤਾ ਨਹੀਂ ਲਿਆ ਉਹ ਕਹਿੰਦਾ ਕੀ ਪਤਾ ਨਹੀਂ ਇਹ ਤਾਂ ਹਾਲਾਤ ਬਣ ਗਏ ਮੈਂ ਤਾਂ ਇਹ ਗੱਲ ਰੱਖਦਾ ਸਾਂ ਕਿਉਂਕਿ ਮੈਨੂੰ ਪਤਾ ਤੇਰੇ ਭਰਾ ਦੋਵੇਂ ਹੈ ਤਾਂ ਆਪਣੇ ਬੰਦੇ ਮਗਰ ਉਹਨਾਂ ਗੁੱਸਾ ਚੜਿਆ ਗੁੱਸਾ ਵੀ ਜਾਇਜ਼ ਹੈ ਭਾਈ ਗੁੱਸਾ ਕਿਹੜਾ ਮਾੜਾ ਸੀ ਮਗਰ ਮੈਂ ਇਸ ਗੱਲ ਦੀ ਤੇਰੀ ਸਿਫਤ ਕਰਦਾ ਸਾਂ ਜਿਹੜਾ ਤੇਰੇ ਨਾਲ ਬਹਿ ਕੇ ਉੱਧਰ ਗਰਮ ਕਰੰਟ ਐਡਾ ਮਾਰਦੇ ਸੀ ਬਾਦਲ ਸਾਹਿਬ ਬਿਜਲੀ ਮਗਰੋਂ ਆਵੇ ਨਾ ਆਵੇ ਇੱਥੇ ਜਿਹੜਾ ਆਉਂਦਾ ਸੀ ਨਾ ਉਹ ਰਗੜਾ ਖਾ ਕੇ ਜਾਂਦਾ ਸੀ ਅੱਗੇ ਮਗਰ ਲੋਕ ਇੱਕ ਗੱਲ ਦੀ ਸਿਫਤ ਹੈ ਇਹਦੀ ਇਹਨੇ ਭਾਵੇਂ ਜੋ ਮਰਜ਼ੀ ਹੋ ਗਿਆ ਵੇਖੋ ਇਹ ਦਰਿਆ ਦਿਲੀ ਆਉਂਦੀ ਆ ਇਹ ਬੰਦੇ ਦਾ ਕਿਰਦਾਰ ਹੁੰਦਾ ਔਰ ਪੰਥ ਪ੍ਰਤੀ ਪਿਆਰ ਹੁੰਦਾ
और खास तौर पर मैं कह दिया सरदार प्रकाश सिंह जी बादल ते सरदार सुखबीर सिंह जी बादल थोड़ा सत्कार है दे मन च हरमीत सिंह संधू इत्थे नाल बैठिया नहीं तो माझे का कोई होर हलका होंदा ना तो स्टेज ते चढ़न नहीं देना सी इत्थे और मैं इस गल की सिफत करदा मैं माड़ा जिहा आख्या इकबाल नूं मैं इकबाल जे तेरी जो पछाण है ना उहनूं मित्रा गवाही ना मैं कह साडा फर्ज बणदा अपना हरमीत नूं इनवाइट करना कहना भाजी दो मिनट दिओ हुणे इनवाइट करके हुणे सद्दूंगा ते एडा माण दे के इत्थे इत्थे बिठाया रूह खुश होगी दिल खुश होगी कि भावे मन च रंज सी गुस्सा सी मगर जिथे गल पार्टी दी आ गई जिथे गल थोड़ी आ गई उथे सारिया अपनिया गल्ला पिछे कर दिया दसो को बंदा लभदा है भावे मैं भी थोड़ा रिश्तेदार हाँ कई बार मैं भी नहीं मनता मैं भी माड़ा मोटा ये हाथ मिला रहा कि यह जी जी सोच है ना यह साडे च भी माड़ो यह सब च होनी चाहिए जेड़ा अपना छड के मैं छड के अपना गुस्से गिले पासे रख के यह दरिया दिली विखावे और मैनू याद है चलो ब्रह्मपुरा साहब नू लम्मिया उमरा होण तगड़े रहण जिस दिन उदो भी पार्टी चो जद इहनू कढ़िया सी एक लफ्ज नहीं मेरे दोस्त ने मेरे भरा ने वड्डे ने किसी के खिलाफ बोलिया नहीं तो आम तौर पर एक रिवाज चल चलिया कि जी भावे वजीरिया हंडा लो भावे वेखो कई ने किडिया किडिया वजीरिया हंडा लिया 19 तक साडे कैंडीडेट सन ते हुण जाके कहिंदे आ फैसला बड़ा गलत सी बाल साहब कमाल हो गई चम्मे पंथ मगरों भी पंथ डाला।